ਅੰਮ੍ਰਿਤਸਰ ਦੇ ਵਿੱਚ ਇੱਕ ਬੜਾ ਹੀ ਸੈਂਸੇਸ਼ਨਲ ਮਾਮਲਾ ਸਾਹਮਣੇ ਆਇਆ ਜਦੋਂ ਕਿ ਆਹਮੋ ਸਾਹਮਣੇ ਤਸਕਰਾਂ ਨਾਲ ਪੁਲਿਸ ਦੀ ਮੁਠਭੇੜ ਹੋ ਗਈ ਅਤੇ ਇੱਕ ਪੁਲਿਸ ਮੁਲਾਜ਼ਮ ਜਿਹੜਾ ਕਿ ਬਹੁਤ ਬਹਾਦਰੀ ਨਾਲ ਉਸਨੇ ਆਪਣੇ ਬਹਾਦਰੀ ਦੇ ਜੌਹਰ ਦਿਖਾਏ, ਪਰ ਉਸਦੇ ਬਾਵਜੂਦ ਉਹ ਇਸ ਵੇਲੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ। ਸਿੱਧੀ ਛਾਤੀ ਦੇ ਵਿੱਚ ਪੁਲਿਸ 'ਤੇ ਗੋਲੀ ਲੱਗੀ ਹੈ, ਪੁਲਿਸ ਨੇ ਰਿਕਵਰੀ ਵੀ ਕੀਤੀ ਹੈ। ਇਸ ਬਾਰੇ ਤਮਾਮ ਗੱਲਬਾਤ ਕਰਨ ਲਈ AIG STF ਯਸ਼ਪਾਲ ਸਿੰਘ ਮੇਰੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਯਸ਼ਪਾਲ ਜੀ, ਕੀ ਹੋਇਆ ਮਾਮਲਾ ਸਾਰਾ, ਕਿਵੇਂ ਪੁਲਿਸ ਫੋਰਸ ਉੱਥੇ ਗਈ ਅਤੇ ਕੀ ਇਨਫੋਰਮੇਸ਼ਨ ਸੀ? ਦੇਖੋ ਜੀ, ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਉੱਥੇ ਇੱਕ ਗੈਂਗ ਜਿਹੜਾ ਐਕਟੀਵੇਟ ਹੋਇਆ ਥਾਣਾ ਲੋਕੂਗੇ ਦੇ ਵਿੱਚ, ਜਿਹੜੇ ਕਿ ਅੱਜ ਉੱਥੇ ਇਸ ਫਰਾਕ 'ਚ ਹੈ ਕਿ ਉਹ ਕੋਈ ਡਿਲੀਵਰ ਕਰਨਗੇ ਕਿਸੇ ਨੂੰ ਕਨਸਾਈਨ ਲਈ। ਔਰ ਜਦੋਂ ਇਹ ਇਨਪੁੱਟ ਮਿਲੀ ਔਰ ਇਹਦੇ ਸੰਬੰਧ 'ਚ ਦੋ ਪਾਰਟੀਆਂ ਨੂੰ ਜਿਹੜਾ ਹੈ ਉਹ ਸਾਰੀ ਬਰੀਫਿੰਗ ਕਰਕੇ ਉੱਥੇ ਭੇਜਿਆ, ਜਿਨ੍ਹਾਂ ਨੇ ਸੋਰਸ ਦੀ ਅੱਜ ਪਰ ਇਨਫੋਰਮੇਸ਼ਨ ਪਹਿਲਾਂ ਜਿਹੜਾ ਕੇਸ ਰਜਿਸਟਰ ਸਾਡਾ STF ਮੋਹਾਲੀ ਥਾਣਾ ਬਣਿਆ ਉੱਥੇ ਦਰਜ ਕੀਤਾ। ਉਸ ਤੋਂ ਬਾਅਦ 'ਚ ਪਾਰਟੀਆਂ ਨੂੰ ਕਦੀ ਕਦੀ ਨੂੰ ਬਰੀਫਿੰਗ ਕਰਕੇ ਪ੍ਰੋਪਰ ਵੇ ਨਾਲ ਸਾਰੀ ਜਿਹੜਾ ਉਹ ਟ੍ਰੈਪ ਸੀ ਲਾਇਆ ਹੋਇਆ ਸੀ। ਕਰੀਬ ਕੋਈ 1 ਵਜੇ ਦੇ ਕਰੀਬ ਜਿਹੜੇ ਉਹ ਸੋਰਸ ਦੀ ਇਨਪੁੱਟ ਦੇ ਮੁਤਾਬਕ ਸੀ, ਉਹ ਦੋ ਬੰਦੇ ਉੱਥੇ ਦੇਖੇ ਗਏ ਜਿਨ੍ਹਾਂ ਨੂੰ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜਿਹੜਾ ਕਿ ਗੁਰਸੇਵਕ ਸਿੰਘ ਸਾਡਾ ਕਾਂਸਟੇਬਲ ਸੀ, ਬਹੁਤ ਬਹਾਦਰ ਕਾਂਸਟੇਬਲ, ਜਿਹੜਾ ਕਿ ਆਮ ਤੌਰ 'ਤੇ ਸਾਡੀ ਟੀਮ ਦੇ ਵਿੱਚ ਲੀਡ ਵੀ ਕਰਦਾ ਹਰ ਵਾਰੀ ਕਈ ਥਾਵਾਂ 'ਤੇ। ਅਤੇ ਉਹ ਜਦੋਂ ਉਹਨਾਂ ਨੇ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਦੇਰ ਇਜ਼ ਸਮਥਿੰਗ ਰੋਂਗ, ਪੁਲਿਸ ਹੈ ਜਾ ਕੇ ਉੱਥੇ ਉਹਨਾਂ ਦਾ ਆਪਸ ਵਿੱਚ ਸਫਲ ਹੋ ਗਿਆ ਤਪਾਈ ਹੋ। ਤਪਾਈ ਹੋਣ ਦੇ ਨਾਲ ਉਹਨਾਂ ਨੇ ਫਾਇਰਿੰਗ ਸ਼ੁਰੂ ਕਰਤੀ, ਇਹਨੇ ਇਹਦੇ ਕੋਈ ਪਿਸਟਲ ਸੀ, ਇਹਨੇ ਫਾਇਰਿੰਗ ਕੀਤੀ ਅਤੇ ਉਹਨਾਂ ਨੇ ਫਿਰ ਇਹਦੇ ਸਿੱਧੀ ਗੋਲੀਆਂ ਜਿਹੜੀ ਉਹ ਮਾਰਨੀਆਂ ਸ਼ੁਰੂ ਕਰਤੀ, ਜਿਹਦੇ 'ਚੋਂ ਇੱਕ ਗੋਲੀ ਇਹਦੀ ਚੈਸਟ ਦੇ ਵਿੱਚ ਲੱਗ ਗਈ। ਪਰ ਇਹਨੇ ਉਸ ਜਿਹੜਾ ਇੱਕ ਸਮਗਲਰ ਸੀ ਮੇਨ, ਉਹਨੂੰ ਜੱਫਾ ਮਾਰ ਲਿਆ, ਜੱਫਾ ਮਾਰ ਕੇ ਸੁੱਟ ਲਿਆ ਬਾਵਜੂਦ ਗੋਲੀ ਲੱਗਣ ਦੀ। ਅਤੇ ਦੂਸਰਾ ਜਿਹੜਾ ਸੀ ਉੱਥੋਂ ਸਕੇਪ ਕਰ ਗਿਆ। ਦੂਸਰੇ ਸਾਥੀ ਜਦੋਂ ਆਏ ਸਾਡੇ, ਉਹਨਾਂ ਨੇ ਫਿਰ ਚੁੱਕ ਕੇ ਇਹਨੂੰ ਹਸਪਤਾਲ ਐਡਮਿਟ ਕਰਾਇਆ ਔਰ ਨਾਲ ਉੱਥੋਂ ਜਿਹੜਾ ਸਮਾਨ ਸੀ ਉਹ ਰਿਕਵਰ ਕੀਤਾ ਅਤੇ ਜਿਹੜਾ ਮੁਲਜ਼ਮ ਸੀ ਉਹਨੂੰ ਵੀ ਰਾਊਂਡ ਅਪ ਕਰਤਾ। ਇਹ ਕਿਹਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਉਹਦਾ ਕੀ ਨਾਂ ਹੈ ਕਿ ਇਹਨੇ ਹੀ ਜਿਹੜਾ ਗੁਰਸੇਵ ਸਿੰਘ ਦੇ ਗੋਲੀ ਮਾਰੀ? ਇਹਦਾ ਨਾਂ ਕਰਨਵੀਰ ਸਿੰਘ ਹੈ ਜੀ ਅਤੇ ਇਹ ਪਿੰਡ ਹੈਗਾ ਵਾ ਪਹਾੜੀ ਅਤੇ ਥਾਣਾ ਲੋਪੋਗੇ ਦੇ ਵਿੱਚ, ਉੱਥੋਂ ਦਾ ਰਹਿਣ ਵਾਲਾ ਔਰ ਇਹ ਛੋਟੀ ਜਿਹੀ ਉਮਰ ਦਾ ਹੀ ਮੁੰਡਾ ਔਰ ਇਹ ਆਪਣੇ ਫਾਦਰ ਦਾ ਰਿਵਾਲਵਰ ਜਿਹੜਾ ਹੈ ਲੈ ਕੇ ਅਤੇ ਇਹ ਵਾਰਦਾਤਾਂ ਇਸ ਤਰ੍ਹਾਂ ਜਿਹੜੀਆਂ ਉਹਨਾਂ ਨੂੰ ਅੰਜਾਮ ਦਿੰਦਾ ਸੀ। ਅਜੇ ਤੱਕ ਇਹ ਜਿਹੜਾ ਵੈਰੀਫਾਈ ਹੋਇਆ, ਬਾਕੀ ਦੇਖਦੇ ਹਾਂ ਕਿ ਇਹ ਲਾਇਸੈਂਸੀ ਸੀ ਜਾਂ ਇੱਕ 2 ਨੰਬਰ ਦਾ ਸੀ। ਔਰ ਇਸ ਨੇ ਜਿਹੜਾ ਹੈ ਉਹ ਬੜਾ ਇੱਕ ਡੇਰਿੰਗ ਔਰ ਬੜਾ ਡੇਂਜਰਸ ਟਾਈਪ ਜਿਹੜਾ ਹੈਗਾ ਸਟੈਪ ਜਿਹੜਾ ਲਿਆ, ਜਿਹੜਾ ਕਿ ਬਾਵਜੂਦ ਦੱਸਣ ਦੇ ਉਹਨੇ ਇਹ ਦੱਸਿਆ ਕਿ ਮੈਂ ਮੁਲਾਜ਼ਮ ਹਾਂ ਅਤੇ ਫਿਰ ਵੀ ਉਹਨੇ ਜਿਹੜੀ ਸਿੱਧੀ ਗੋਲੀ ਮਾਰੀ। ਗੁਰਸੇਵਕ ਨੇ ਦੱਸ ਦਿੱਤਾ ਸੀ ਕਿ ਮੈਂ ਮੁਲਾਜ਼ਮ? ਹਾਂਜੀ, ਉਹਨਾਂ ਨੇ ਜਦੋਂ ਖੜਿਆ ਅਤੇ ਉਹਨੇ ਦੱਸਿਆ ਵੀ ਮੈਂ ਮੁਲਾਜ਼ਮ ਹਾਂ ਪੁਲਿਸ ਮੁਲਾਜ਼ਮ ਹਾਂ ਔਰ ਬਾਵਜੂਦ ਦੱਸਣ ਦੇ ਵੀ ਉਹਨੇ ਜਿਹੜੀ ਹੈ ਉਹ ਸਿੱਧੀ ਗੋਲੀ ਚੱਲੀ ਹੈ। ਹੋਰ ਕੁਛ ਵੀ ਰਿਕਵਰ ਹੋਇਆ ਜੀ ਇਸ ਤੋਂ ਇਲਾਵਾ? ਇਹਦੇ ਤੋਂ ਇਲਾਵਾ ਇਹਦੇ ਕੋਲ ਇੱਕ ਰਿਵਾਲਵਰ ਰਿਕਵਰ ਹੋਇਆ ਜੀ, 1 KG ਹੀਰੋ ਰਿਕਵਰ ਹੋਈ ਹੈ ਔਰ ਇਹਦੀ ਗਾਂ ਜਿਹੜੀ ਆ ਉਹ ਪੁੱਛਗਿੱਛ ਚੱਲ ਰਹੀ ਆ, ਅੱਜ ਮਾਨਜੂ ਕੋਰਟ 'ਚ ਪੇਸ਼ ਕਰ ਰਹੇ ਹਾਂ ਇਹਦਾ ਵੱਧ ਤੋਂ ਵੱਧ ਰਿਮਾਂਡ ਲੈ ਕੇ। ਇਹਦੇ ਨਾਲ ਜਿਹੜੇ ਇਹਦੇ ਹੋਰ ਸਾਥੀ ਨੇ ਜਿਹੜੇ ਕਿ ਭੱਜੇ ਹੋਏ ਆ ਉਹਨਾਂ 'ਚ ਰੇਡ ਪਾਰਟੀਆਂ ਹੀ ਭੇਜੀਆਂ ਹੋਈਆਂ ਨੇ ਅਤੇ ਬਾਕੀ ਰਹਿੰਦੇ ਸਾਥੀ ਜਿਹੜੇ ਗ੍ਰਿਫਤਾਰ ਕਰਾਂਗੇ। ਔਰ ਐਂ ਲੱਗਦਾ ਵੀ ਇਹਦੇ ਪਿੱਛੇ ਇੱਕ ਬਹੁਤ ਵੱਡਾ ਗੈਂਗ ਆ ਜਿਹੜਾ ਕਿ 1 ਸ਼ਾਟ 'ਚ ਹੀ 1 KG ਜਿਹੜਾ ਲੈ ਕੇ ਤੁਰਿਆ ਫਿਰਦਾ ਸੀ ਅਤੇ ਇਹਨਾਂ ਨੂੰ ਜਿਹੜਾ ਸੀ। ਕਿੰਨੇ ਜਣੇ ਸੀ ਜੀ ਜਦੋਂ ਪੁਲਿਸ ਨੇ ਰੇਡ ਕੀਤੀ, ਜਦੋਂ ਰੇਡ ਹੋਈ ਕਿੰਨੇ ਜਣੇ ਸੀ ਅਤੇ ਕਿੰਨੇ ਫਰਾਰ ਹੋਏ? ਇਹ ਐਕਚੁਲੀ ਇਹ ਜਿਸ ਤਰ੍ਹਾਂ ਅਸੀਂ ਨਾਕਾਬੰਦੀ ਜਾਂ ਟ੍ਰੈਪ ਜਾਂ ਆਪਾਂ ਪਲਾਨਿੰਗ ਕਰਦੇ ਹਾਂ ਉਸ ਤਰ੍ਹਾਂ ਇਹ ਵੀ ਪਲਾਨਿੰਗ ਕਰਦੇ ਹਾਂ। ਇਹਨਾਂ ਦੇ ਕੁਛ ਬੰਦੇ ਆ ਜਿਹੜੇ ਰੈਕੀ ਕਰਦੇ ਆ ਪਹਿਲਾਂ ਮੋਟਰਸਾਈਕਲ ਦੇ ਗੱਡੀਆਂ 'ਤੇ, ਇਹ ਦੇਖਦੇ ਆ ਵੀ ਉਸ ਏਰੀਏ 'ਚ ਜਿੱਥੇ ਕੋਈ ਇਹਨਾਂ ਨੇ ਡਿਲੀਵਰੀ ਕਰਨੀ ਹੋਵੇ ਜਾਂ ਜਾਣਾ ਹੋਵੇ ਉੱਥੇ ਪਹਿਲਾਂ ਇਹ ਆਪਣੇ ਨਾਲ ਦੇ ਸਾਥੀਆਂ ਨੂੰ ਬੁਲਾਉਂਦੇ ਆ ਵਾਚ ਵਾਸਤੇ ਵੀ ਇੱਥੇ ਕੋਈ ਪੁਲਿਸ ਦੀ ਗੱਡੀ ਜਾਂ ਕੋਈ ਇਹੋ ਜਿਹਾ ਬਾਹਰ ਦਾ ਕੋਈ ਬੰਦਾ ਗੱਡੀ ਜਾਂ ਕੋਈ ਸ਼ਖਸ ਤਾਂ ਨਹੀਂ ਫਿਰਦਾ ਹੈਗਾ। ਉਹ ਸਾਰਾ ਜਦੋਂ ਇਹ ਉਹਨੂੰ ਛਾਣਬੀਨ ਕਰਕੇ ਫਿਰ ਹੀ ਉਸ ਏਰੀਏ ਦੇ ਵਿੱਚ ਐਂਟਰ ਕਰਦੇ। ਇਸ ਹਿਸਾਬ ਨਾਲ ਇਹਨਾਂ ਦੇ ਕਾਫੀ ਬੰਦੇ ਨਾਲ ਹੋਣਗੇ, ਪਰ ਜਿਹੜੇ ਮੌਕੇ 'ਤੇ 2 ਬੰਦੇ ਆਏ ਆ ਉਹ 2 ਬੰਦੇ ਆਏ ਸੀ। ਫਰਾਰ ਜਿਹੜਾ ਸੀ ਉਹਦਾ ਨਾਂ ਸ਼ਮਸ਼ੀਰ ਸਿੰਘ ਸ਼ੇਰਾ ਜਿਹੜਾ ਸੀ, ਇਹ ਦੋਵੇਂ ਇਕੱਠੇ ਕੰਮ ਕਰਦੇ ਸੀ ਜਾਂ ਕਿੰਨੀ ਕੁ ਉਮਰ ਦਾ ਹੀ ਹੈ ਉਹਦੀ ਅੱਛੀ ਉਹਦੇ ਵੇਅਰ ਅਬਾਊਟਸ ਕੀ ਨੇ? ਉਹ ਥੋੜ੍ਹਾ ਜਿਹਾ ਇਹਦੇ ਨਾਲ ਵੱਡੀ ਉਮਰ ਦਾ ਅਤੇ ਇਹਦੀ ਹੁਣ ਤੱਕ ਦੀ ਪੁੱਛਗਿੱਛ ਦੇ ਵਿੱਚ ਆਇਆ
ਤੇ ਉਹਦੇ ਨਾਲ ਵੀ ਕੰਮ ਕਰਦਾ ਸੀ ਹੋਰ ਦਾ ਨਾਲ ਵੀ ਕੰਮ ਕਰਦਾ ਮਤਲਬ ਹਿਸਟਰੀ ਸੀਟਰ ਨੇ ਦੋਵੇਂ ਪਹਿਲੋਂ ਇਹੀ ਡਰੱਗਸ ਦਾ ਕੰਮ ਕਰਦੇ ਸੀ ਇਹਨਾਂ ਦੇ ਖਿਲਾਫ਼ ਤਾਂ ਰਿਕਾਰਡ ਐਜ਼ ਪਰ ਰਿਕਾਰਡ ਤਾਂ ਨਹੀਂ ਜੀ ਹੈਗਾ ਬਟ ਦੇ ਆਰ ਐਕਟਿਵ ਨਾਓ ਵੈਰੀ ਐਕਟਿਵ ਨਾਓ ਬੜੀ ਇੱਕ ਦਲੇਰੀ ਦੇ ਨਾਲ ਸਾਰਾ ਜਿਹੜਾ ਸੇਵਕ ਨੇ ਜੋ ਕੀਤਾ ਬਹੁਤ ਬਹਾਦਰੀ ਉਠਾਈ ਉਸਨੇ ਗੋਲੀ ਲੱਗਣ ਦੇ ਬਾਵਜੂਦ ਵੀ ਉਸਨੇ ਜੱਫਾ ਮਾਰ ਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਫੜ ਲਿਆ ਉਸ ਸੇਵਕ ਦੀ ਜੇ ਗੱਲ ਕਰੀਏ ਕਿ ਉਹਦੇ ਕੋਈ ਪਿਸਟਲ ਸੀ ਕਿ ਉਹਨੇ ਹਵਾ 'ਚ ਫਾਇਰਿੰਗ ਕੀਤੀ ਜਾਂ ਉਸਨੇ ਸਿੱਧੀ ਫਾਇਰਿੰਗ ਕਿਉਂ ਨਹੀਂ ਕੀਤੀ ਕਿਉਂਕਿ ਜੇ ਸਾਹਮਣੇ ਗੋਲੀਆਂ ਚਲਾ ਰਹੇ ਸੀ ਦੇਖੋ ਸਾਡੇ ਜਿਹੜੀ ਟ੍ਰੇਨਿੰਗ ਹੁੰਦੀ ਆ ਉਹਦੇ 'ਚ ਇਹ ਹਦਾਇਤਾਂ ਦਿੱਤੀਆਂ ਜਾਂਦੀਆਂ ਹੁੰਦੀਆਂ ਵੀ ਤੁਸੀਂ ਜਦੋਂ ਕੋਈ ਫਾਇਰਿੰਗ ਕਰਨੀ ਆ ਅਤੇ ਉਹਦੇ ਕੁਝ ਪੈਰਾਮੀਟਰਸ ਹੁੰਦੇ ਵੀ ਅਸੀਂ ਪਹਿਲਾਂ ਹਵਾਈ ਫਾਇਰ ਕਰਨਾ ਫਿਰ ਉਹਦੇ ਵਾਰਨਿੰਗ ਦੇਣੀ ਆ ਫਿਰ ਹਵਾਈ ਫਾਇਰ ਕਰਨਾ ਫਿਰ ਉਹਦੀ ਲੱਤ 'ਤੇ ਮਾਰਨੀ ਆ ਸਿੱਧੀ ਗੋਲੀ ਪਹਿਲਾਂ ਨਹੀਂ ਚਲਾਉਣੀ ਇਸ ਕਰਕੇ ਉਹਨੇ ਐਜ਼ ਪਰ ਜੋ ਪੈਰਾਮੀਟਰ ਸੀ ਉਹਦੇ ਮੁਤਾਬਕ ਗੋਲੀ ਚਲਾਈ ਇਹਨਾਂ ਦਾ ਕਿਉਂਕਿ ਸਮਗਲਰਾਂ ਦਾ ਕੋਈ ਪੈਰਾਮੀਟਰ ਨਹੀਂ ਇਹਨੇ ਸਿੱਧੀਆਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਜਿਹਦੇ ਕਰਕੇ ਇਹਦੇ ਪਹਿਲਾਂ ਗੋਲੀ ਜਿਹੜੀ ਆ ਤੁਹਾਨੂੰ ਲੱਗਦਾ ਕਿ ਜਿਹੜੀ ਐਸ ਟੀ ਐਫ ਹੈ ਕਿਉਂਕਿ ਨਸ਼ਿਆਂ ਦੇ ਖਿਲਾਫ਼ ਲੜਨਾ ਗੈਂਗਸਟਰਾਂ ਦੇ ਖਿਲਾਫ਼ ਲੜਨਾ ਔਰ ਸਮਗਲਰਸ ਦੇ ਖਿਲਾਫ਼ ਲੜਨਾ ਪੂਰੀ ਤਰ੍ਹਾਂ ਇਕਿਪਟ ਹੋਣੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਗੋਲੀ ਛਾਤੀ ਲੱਗੀ ਕੋਈ ਗਲਵ ਕੋਈ ਜੈਕਟ ਨਹੀਂ ਕੋਈ ਕੁਛ ਨਹੀਂ ਬਿਲਕੁਲ ਬਹੁਤ ਸਾਰੀਆਂ ਘਾਟਾਂ ਨੇ ਜਿਹੜੀਆਂ ਕਿ ਅਸੀਂ ਸੀਨੀਅਰ ਆਫਿਸਰ ਨੂੰ ਦੱਸੀਆਂ ਔਰ ਆਉਣ ਵਾਲੇ ਸਮੇਂ 'ਚ ਉਹ ਪੂਰੀਆਂ ਵੀ ਹੋ ਰਹੀਆਂ ਨੇ ਉਹਨਾਂ ਨੂੰ ਸਾਨੂੰ ਵਿਸ਼ਵਾਸ ਵੀ ਦਵਾਇਆ ਔਰ ਇਹਦੇ 'ਚ ਬੀ ਪੀ ਜੈਕਟਸ ਵੈਪਨਸ ਐਮੀਨੇਸ਼ਨਸ ਔਰ ਹੋਰ ਟ੍ਰੇਨਿੰਗ ਔਰ ਹੋਰ ਸਾਨੂੰ ਇਸ ਤਰ੍ਹਾਂ ਫਰੈਸ਼ਿੰਗ ਕੋਰਸਿਸ ਇਹ ਚੀਜ਼ਾਂ ਜਿਹੜੀਆਂ ਚੱਲ ਵੀ ਰਹੀਆਂ ਨੇ ਅਤੇ ਇਹਦੀ ਜ਼ਰੂਰਤ ਹੈ ਜੇ ਲਾਸਟ ਆਪਾਂ ਫਿਰ ਸੇਵਕ ਦੀ ਗੱਲ ਕਰੀਏ ਇਸ ਵੇਲੇ ਕੰਡੀਸ਼ਨ ਕੀ ਹੈ ਸੇਵਕ ਦੀ ਇਸ ਵੇਲੇ ਕੰਡੀਸ਼ਨ ਅਜੇ ਨਾਜ਼ੁਕ ਬਣੀ ਹੋਈ ਹੈ ਹੋਸਪਿਟਲ ਪ੍ਰਾਈਵੇਟ 40 ਇੱਥੇ ਬੈਠਾ ਹੈ ਔਰ ਅਜੇ ਉਹ ਅੰਡਰ ਆਬਜ਼ਰਵੇਸ਼ਨ ਹੈ ਔਰ ਇਸ ਵੇਲੇ ਉਹਦੀ ਥੋੜ੍ਹੀ ਸਿਹਤ ਜਿਹੜੀ ਅਜੇ ਨਾ ਇਹ ਵੀ ਪਤਾ ਲੱਗਾ ਜੀ ਕਿ ਪ੍ਰਾਇਓਰਟੀ ਬੇਸ 'ਤੇ ਭਰਤੀ ਪਿਆ ਸੀ ਮੈਂ ਇਸ ਬਾਰੇ ਉਹਦੇ ਬਾਰੇ ਇਸ ਬਾਰੇ ਜ਼ਿਆਦਾ ਗੱਲ ਕਰ ਰਿਹਾ ਕਿਉਂਕਿ ਵਾਕਈ ਲਾਸਾਨੀ ਜਿਹੜੀ ਉਹਦੀ ਬਹਾਦਰੀ ਹੈ ਉਹਦੇ ਕਰਕੇ ਗੱਲ ਕਰਦੇ ਇਹ ਆਪਣੀ ਫਾਦਰ ਦੀ ਜਗ੍ਹਾ ਭਰਤੀ ਹੋਇਆ ਸੀ ਔਰ ਇਹ ਕਰੀਬ ਜਦੋਂ ਮੇਰੇ ਕੋਲ ਆਇਆ ਕਾਫੀ ਸਾਲ ਡੇਢ ਸਾਲ ਤੋਂ ਮੇਰੇ ਕੋਲ ਹੈ ਔਰ ਬੜਾ ਮੈਂ ਇਹਨੂੰ ਫਮੀਲੀਅਰ ਔਰ ਆਪਣੇ ਬੱਚਿਆਂ ਦੀ ਤਰ੍ਹਾਂ ਹੀ ਇਹਨੂੰ ਪੂਰਾ ਗਾਈਡ ਟ੍ਰੇਨਿੰਗ ਸਾਰਾ ਟਾਈਮ ਟੂ ਟਾਈਮ ਇਹਨਾਂ ਨੂੰ ਜੋ ਮੈਂ ਮੇਰੇ ਕੋਲ ਨਿਪੁੰਨਤਾ ਜਾਂ ਮੇਰੇ ਕੋਲ ਹੈ ਐਕਸਪੀਰੀਅੰਸ ਅਤੇ ਇਹਨਾਂ ਨੂੰ ਗਾਈਡ ਕਰਦਾ ਰਹਿੰਦਾ ਔਰ ਮੀਨ ਵਾਈਲ ਮੈਂ ਕੋਸ਼ਿਸ਼ ਕਰਦਾ ਕਿ ਹਰ ਓਪਰੇਸ਼ਨ 'ਚ ਆਪ ਲੀਡ ਕਰਦਾ ਔਰ ਇਹ ਕੱਲ੍ਹ ਸਾਡੇ ਕੋਲ ਦੋ ਤਿੰਨ ਓਪਰੇਸ਼ਨ ਸੀ ਜਿਹਦੇ ਕਰਕੇ ਇਹ ਦੋ ਪਾਰਟੀਆਂ ਇੱਕ ਓਪਰੇਸ਼ਨ 'ਚ ਤੋਰੀਆਂ ਸੀ ਔਰ ਇਹ ਬਹੁਤ ਹੀ ਦਲੇਰ ਬਹੁਤ ਹੀ ਹਿੰਮਤ ਵਾਲਾ ਔਰ ਬੜੀ ਚੜ੍ਹਦੀ ਕਲਾ ਵਾਲਾ ਔਰ ਬੜਾ ਹੀ ਇੱਕ ਐਕਸਟਰਾ ਆਰਡੀਨਰੀ ਜਿਹਨੂੰ ਜਨੂਨ ਹੁੰਦਾ ਮੇਰੇ ਕੋਲ ਜਿੰਨੀ ਟੀਮ ਹੈ ਐਸ ਟੀ ਐਫ ਦੇ ਵਿੱਚ ਭਾਵੇਂ ਕਿ ਥੋੜ੍ਹੇ ਬੰਦੇ ਆ ਪਰ ਸਿਰ ਇਹ ਸਾਰੇ ਦੇ ਸਾਰੇ ਹੀ ਮੈਨੂੰ ਫਖਰ ਆਇਆ ਉਹਨਾਂ 'ਤੇ ਸਾਰੇ ਜਨੂਨੀ ਨੇ ਔਰ ਇਹ ਇੱਕ ਆਪਣੀ ਗਵਰਨਮੈਂਟ ਡਿਊਟੀ ਨਹੀਂ ਬਲਕਿ ਡਿਊਟੀ ਤੋਂ ਵੱਧ ਕੇ ਇੱਕ ਪੁੰਨ ਵਾਲਾ ਕੰਮ ਸਮਝ ਗਏ ਔਰ ਬੜੀ ਡੈਡੀਕੇਸ਼ਨ ਦੇ ਨਾਲ ਇਹ ਥੋੜ੍ਹੇ ਬੰਦੇ ਜਿਹੜੇ ਆ ਵੱਧ ਕੰਮ ਕਰ ਰਹੇ ਆ ਔਰ ਜਿਹਦੇ ਤੁਸੀਂ ਰਿਜ਼ਲਟ ਦੇਖ ਰਹੇ ਹੋ ਕਿ ਅਸੀਂ ਤਿੰਨਾਂ ਚੌਂ ਦਿਨਾਂ ਦੇ ਵਿੱਚ ਹੀ 2-2.5 ਕਿਲੋ ਜਿਹੜੀ ਰਿਕਵਰੀ ਕੀਤੀ ਆ ਔਰ 3-4 ਪਰਚੇ ਦਰਜ ਕੀਤੇ ਬਿਲਕੁਲ ਜੀ ਕਿਉਂਕਿ ਗੁਰਸੇਵਕ ਸਿੰਘ ਇੱਕ ਬੜਾ ਹੀ ਬਹਾਦਰੀ ਦਾ ਉਸਨੇ ਕੰਮ ਕੀਤਾ ਪਹਿਲਾਂ ਤਾਂ ਅਸੀਂ ਉਸਦੀ ਸਿਹਤ ਜਾਬੀ ਦੀ ਕਾਮਨਾ ਕਰਦੇ ਹਾਂ ਔਰ ਸਭ ਤੋਂ ਵੱਡੀ ਗੱਲ ਕਿ ਐਸ ਟੀ ਐਫ ਨੇ ਆਪਣੇ ਕੁਝ ਬਹਾਦਰ ਅਫਸਰਾਂ ਨਾਲ ਆਪਣੇ ਬਹਾਦਰ ਮੁਲਾਜ਼ਮਾਂ ਨਾਲ ਇਹ ਰਿਕਵਰੀ ਕਰ ਲਈ ਪਰ ਸਭ ਤੋਂ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਜਦੋਂ ਉਹਨਾਂ ਦੀ ਮੁਠਭੇੜ ਹੁੰਦੀ ਹੈ ਕਿ ਇਹ ਫੋਰਸ ਵੈਲ ਇਕਿਪਟ ਹੁੰਦੀ ਹੈ ਜੋ ਉਹਨਾਂ ਨੂੰ ਚਾਹੀਦਾ ਹੈ ਉਹਨਾਂ ਕੋਲ ਮੌਜੂਦ ਹੁੰਦਾ ਹੈ ਜਾਂ ਨਹੀਂ ਹਾਲ ਦੀ ਘੜੀ ਵਿੱਚ ਇਸ ਦੀ ਬਹੁਤ ਕਮੀ ਹੈ ਔਰ ਜ਼ਰੂਰਤ ਹੈ ਕਿ ਛੇਤੀ ਹੀ ਇਹ ਕਮੀਆਂ ਪੂਰੀਆਂ ਕੀਤੀਆਂ ਜਾਣ ਤਾਂ ਕਿ ਨਸ਼ੇ ਦੇ ਸੌਦਾਗਰਾਂ ਨਾਲ ਸਿੱਧੇ ਹੋ ਕੇ ਲੜਿਆ ਜਾ ਸਕੇ ਮੀਡੀਆ ਜਰਨਲਿਸਟ ਮਨਜਿੰਦਰ ਸਿੰਘ ਦੇ ਨਾਲ ਰਾਜੇਸ਼ ਗਿੱਲ ਲਿਵਿੰਗ ਇੰਡੀਆ ਨਿਊਜ਼ ਅੰਮ੍ਰਿਤਸਰ